ਸਰਕਾਰੀ ਸਪੋਰਟਸ ਕਲੱਬ ਦਾ ਸਮੁੱਚੇ ਭਾਗੀ ਕੇ ਨਗਰ ਦਾ ਸਾਰੇ ਐਨਆਰਆਈ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਜਿੰਨੇ ਵੀ ਸਾਡੇ ਵੀਰ ਇਸ ਮੇਲੇ ਨੂੰ ਦੇਖਣ ਦੇ ਲਈ ਪੁੱਜੇ ਆ ਸਾਰਿਆਂ ਦਾ ਹੀ ਧੰਨਵਾਦ ਹੈ। ਤਾਂ ਪਹਿਲੀ ਕਬੱਡੀ ਧੂੜਕੋਟ ਜਾਂ ਬਿਧਰੂ ਨੌਜਵਾਨ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ। ਲੈ ਵੀ ਸੈਦੋ ਵਾਲਿਆ ਕਰੀ ਗੱਲ, ਇਹ ਆ ਬਿਧਰੂ ਧੂੜਕੋਟ ਵਾਲਾ ਮੇਰੇ ਵੀਰੋ। ਛੋਟੀ ਉਮਰ ਦੇ ਵਿੱਚ ਕਹਿੰਦੇ ਗੋਪੀ ਨੇ ਇਹਨਾਂ ਖਿਡਾਰੀਆਂ ਨੂੰ ਤਰਾਸਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੋਪੀ ਵਾਂਗੂ ਮੋਹਣੇ ਵਾਂਗੂ ਮੇਰੇ ਵੀਰੋ ਇਹ ਕਬੱਡੀ ਜਗਤ ਵਿੱਚ ਨਾਮ ਪੈਦਾ ਕਰਨਗੇ। ਲਓ ਸਾਹਮਣੇ ਬਿਧਰੂ ਧੂੜਕੋਟ ਵਾਲਾ ਪੁਆਇੰਟ ਆਪਣੀ ਟੀਮ ਤੇ। ਭਾਈ ਆ ਕੇ ਮੋਟਰਸਾਈਕਲ ਦੀ ਚਾਬੀ ਡਿੱਗੀ ਆ, ਜੇ ਕਿਸੇ ਕੋਲ ਹੈਗੀ ਆ ਤਾਂ ਵੀਰੇ ਸਟੇਜ ਤੇ ਬਚਾਓ ਮੋਟਰਸਾਈਕਲ ਚਾਬੀ। ਲਓ ਕਾਲੇ ਕੇ ਦਾ ਹੁਸਨਾ ਕਹਿੰਦੇ ਚੜਿੱਕ ਦੀ ਟੀਮ ਦੇ ਲਈ ਕਬੱਡੀ ਪਾਉਣ ਦੇ ਲਈ ਤਿਆਰ ਹੈ ਕਿ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਲੱਗਾ ਰੱਬ ਨੂੰ ਧਿਆਨ ਲੋਕੋ ਮਾਰੋ ਤਾੜੀਆਂ ਸ਼ੇਰ ਨੂੰ ਦੇ ਥਾਪੀ ਧਾਵੀ ਚੱਲਿਆ ਕਬੱਡੀਆਂ ਪਾਉਣ ਲੋਕੋ। ਕਲੀ ਵਾਲਾ ਵੀਰ ਕਲੀ ਜ਼ਰੂਰ ਪਾਵੇਗਾ। ਲਓ ਹੁਸਨਪ੍ਰੀਤ ਹੁਸਨਾ ਕਾਲੇ ਦੇ ਪਿੰਡ ਵਾਲਾ ਕਬੱਡੀ ਪਾ ਰਿਹਾ ਚਾਰ ਜਾਫੀਆਂ ਦੇ ਵਿੱਚੋਂ ਕਿਸ ਨੌਜਵਾਨ ਦੇ ਨਾਲ। ਲਓ ਵੀਰ 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 ਸਿੰਘ ਕਹਿੰਦੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਹੈ। ਅਮਰਜੀਤ ਸਿੰਘ ਗੋਧ ਪ੍ਰਵਾਨ ਦਾ ਭਤੀਜਾ ਪਰ ਪੁਆਇੰਟ ਕਹਿੰਦੇ ਹੁਸਨੇ ਨੇ ਆਪਣੀ ਟੀਮ ਦੇ ਇਸੇ ਜਾ ਜੋੜਿਆ। ਇਹ ਆ ਜਗਪਾਲ ਸਿੰਘ ਨੌਜਵਾਨ ਖੇਡ ਮੈਦਾਨ ਦੇ ਵਿੱਚ ਧੌਲੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਤੇ ਚਾਰ ਜਾਫੀ ਚੜਕ ਵੀ ਕਹਿੰਦੇ ਜ਼ਿਲ੍ਹੇ ਮੋਗੇ ਦੇ ਵਿੱਚ ਹੈ। ਧੂੜਕੋਟ ਰਣਸੀ ਸਰਗੇ ਸਰਦਾਰ ਅਜਮੇਰ ਸਿੰਘ ਜੀ ਧਾਲੀਵਾਲ ਉਹਨਾਂ ਦਾ ਨਗਰ ਹੈ। ਜੈਲੇ ਹੋਰਾਂ ਦੀ ਵੱਡੀ ਦੇਣ ਹੈ ਖੇਡ ਕਬੱਡੀ ਨੂੰ। ਗਾਮੇ ਤੇ ਸ਼ਹਿਬਾਜ ਦਾ ਗੀਤਕਾਰੀ ਖੇਤਰ ਦੇ ਵਿੱਚ ਨਾਮ ਹੈ। ਲਓ ਸਾਹਮਣੇ ਵੇਖੀਏ ਇਸ ਵੇਲੇ ਮੇਰੇ ਪੰਜਾਬੀ ਵੀਰੋ ਜਾਫੀ ਚੜਕ ਵਾਲਾ ਪਰ ਪੁਆਇੰਟ ਕਹਿੰਦੇ ਇਸ ਨੌਜਵਾਨ ਗੱਭਰੂ ਮੇਰੇ ਵੀਰੋ ਜਗਪਾਲ ਧੌਲੇ ਵਾਲੇ ਨੇ ਆਪਣੀ ਟੀਮ ਦੇ ਇੱਥੇ ਜੋੜ ਦਿੱਤਾ। ਇੱਧਰ ਕਹਿੰਦੇ ਮਿੰਦਾ ਕਬੱਡੀ ਪਾ ਰਿਹਾ ਇੱਕ ਕੰਨੀ ਦੇ ਸੀਰਾ ਧੂੜਕੋਟ ਦਾ ਨਾਲ ਕਹਿੰਦੇ ਦੁਨੀਆ ਦਾ ਸਟਾਰ ਕਬੱਡੀ ਦਾ ਜੱਟ ਜਾਫੀ ਸੀਰਾ ਪਿੱਛੋਂ ਵਾਲਾ ਗੁਰਪ੍ਰੀਤ ਸਿੰਘ ਤੇ ਵੀਰ ਸਿੰਘ ਹੈ ਔਰ ਬੋਲਿਆ ਹੋਇਆ ਨੌਜਵਾਨ ਮਹਿੰਦੇ ਦਾ ਧਾਵਾ ਮੇਰੇ ਵੀਰੋ ਪਿੱਛੋਂ ਵਾਲਾ ਸੀਰਾ ਜਾਂ ਧੂੜਕੋਟੀਆ ਜਾਂ ਵੀਰ ਸਿੰਘ ਹੈ ਤੇ ਜਾਂ ਫਿਰ ਗੁਰਪ੍ਰੀਤ ਸਿੰਘ ਹੈ। ਲਓ ਸਾਹਮਣੇ ਵੀਰ ਸਿੰਘ ਹੈ ਤੇ ਸੂਬਾ ਕਰਦਾ ਹੋਇਆ ਕੁਛ ਮੇਰੇ ਵੀਰ ਫੈਸਲਾ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਵਿਧਰੂ ਧੂੜਕੋਟ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਤੇ ਸਖਰਾਜ ਰੋਟਿਆਂ ਵਾਲਾ ਗੱਲ ਕਰੇ। ਲਓ ਧੂੜਕੋਟੀਆ ਕਬੱਡੀ ਪਾ ਰਿਹਾ। ਬਈ ਮੈਂ ਤੁਹਾਡੀਆਂ ਭਾਵਨਾਵਾਂ ਸਮਝਦਾ ਪਰ ਆਪਾਂ ਕਬੱਡੀ ਦੇ ਨਾਲ ਜੁੜੀਏ। ਲਓ ਦੇਖੋ ਧੂੜਕੋਟੀਆ ਕਬੱਡੀ ਪਾ ਰਿਹਾ ਚਾਰ ਜਾਫੀ ਤਿਆਰ ਬਰ ਤਿਆਰ ਹੈ ਪੱਟਾਂ ਤੇ ਠਾਪੀਆਂ ਵੱਜ ਰਹੀਆਂ। ਲਓ ਦੇਖੋ ਨੌਜਵਾਨ ਕੋਸ਼ਿਸ਼ ਕਰਦਾ ਪਰ ਨੰਬਰ ਰੇਡਰ ਦੇਸੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ। ਨਿੱਘਾ ਜੀ ਆਇਆਂ ਨੂੰ ਉਹ ਦੀਪ ਕਿ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਬਸ ਹੌਸਲੇ ਬਣਾ ਕੇ ਸਦਾ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਪਰ ਹੁਣ 11 ਤਰੀਕ ਦਾ ਇੰਤਜ਼ਾਰ ਕਰੋ ਆਪਾਂ ਬਾਅਦ ਦੇ ਵਿੱਚ ਜਿਹੜਾ ਕੁਛ ਹੋਊ ਪਰਮਾਤਮਾ ਨੂੰ ਮਨਜ਼ੂਰ। ਲਾ ਹੁਸਨਾ ਕਾਰੇ ਕੇ ਪਿੰਡਾ ਦਿੰਦਿਆਂ ਨਾਮ ਸਾਨੂੰ ਇੱਕ ਵਾਰ ਸਾਈਡ ਤੇ ਹੋ ਜਾਓ ਵੀਰ ਬਣ ਜਿਹੜੀ ਟੀਮ ਜਿੱਤੂ ਜੀ ਲੰਬੀ ਲੰਬੀ ਪ੍ਰਧਾਨ ਤੇ ਸਾਡਾ ਵੀਰ ਗਾਂਧੀ ਗਰੁੱਪ ਦਾ ਤੇ ਉਹ ਸਾਡਾ ਵੀਰ ਮਾਣ ਕਰੇਗਾ ਉਸ ਟੀਮ ਦਾ ਬਹੁਤ ਬਹੁਤ ਧੰਨਵਾਦ। ਲਓ ਜਗਪਾਲ ਧੌਲੇ ਵਾਲਾ ਖੇਡ ਮੈਦਾਨ ਦੇ ਵਿੱਚ ਕਿ ਕੌਡੀ ਜਦੋਂ ਯਾਰ ਪਾਉਂਦੇ ਆ ਗੁੰਜੇ ਤਾੜੀਆਂ ਦਾ ਸਾਰਾ ਹੀ ਮੈਦਾਨ ਤੇ ਬਾਜ ਵਾਂਗੂ ਉੱਡ ਜਾਈਦਾ ਕਿੱਤ ਕਰਕੇ ਵੱਡੇ ਖੱਬੀ ਖਾਨ ਤੇ ਕੌਡੀ ਜਦੋਂ ਯਾਰ ਪਾਉਂਦੇ ਆ ਉਹ ਬਾਈ ਸੈਟਰ ਦੀ ਚਾਬੀ ਕਿਹਦੇ ਕੋਲ ਆ ਗੁਰਦੁਆਰਾ ਸਾਹਿਬ ਦੀ ਬਾਈ ਚਾਬੀ ਫੜਾ ਕੇ ਉਹ ਸੈਟਰ ਦੀ ਗੁਰਦੁਆਰਾ ਸਾਹਿਬ ਦੀ ਚਾਬੀ ਕਿਹਦੇ ਕੋਲ ਆ ਸਾਡਾ ਮਿੰਦਾ ਚੜਕ ਵਾਲਾ ਕਬੱਡੀ ਪਾ ਰਿਹਾ। ਲਓ ਚੜਕ ਦੇ ਮਿੰਦੇ ਨਹੀਂ ਕਬੱਡੀ ਪਾ ਰਹੀ ਹੈ ਚਾਰ ਜਾਫੀ ਤਿਆਰ ਬਰ ਤਿਆਰ ਹੈ। ਲਓ ਮੁਕਾਬਲਾ ਕਹਿੰਦੇ ਨੌਜਵਾਨ ਗੁਰਪ੍ਰੀਤ ਦੇ ਨਾਲ ਪਰ ਨੰਬਰ ਰੇਡਰ ਦੇ ਸੀ। ਲਓ ਬਿੰਦਰੂ ਧੂੜਕੋਟ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹੈ। ਮੋਹਣੇ ਦੀਆਂ ਯਾਦਾਂ ਖੇਡ ਮੈਦਾਨ ਦੇ ਵਿੱਚ ਕਿ ਚੱਕਿਆ ਪਲਸਰ ਕਿੱਟ ਪਾ ਮੋਢੇ ਖੇਡਣ ਗਿਆ ਮਲੂਕੇ ਅੱਗੇ ਦੀਨਾ ਸਾਹਿਬ ਰੋਡ ਤੇ ਹੋਣੀ ਪਈ ਉਡੀਕੇ ਘਾਟਾ ਜਿਹੜਾ ਪਿਆ ਕੌਡੀ ਨੂੰ ਕਦੇ ਨਹੀਂ ਪੂਰਾ ਹੋਣਾ ਬਿੱਟੂ ਕਹੇ ਸਦਾ ਯਾਦ ਰਹੂਗਾ ਧੂੜਕੋਟ ਦਾ ਮੋਹਣਾ। ਮੋਹਣੇ ਦੀਆਂ ਯਾਦਾਂ ਰਹਿਣੀਆਂ ਮੇਰੇ ਵੀਰੋ। ਹਾਂ ਵੇਖੀਏ ਖੇਡ ਮੈਦਾਨ ਦੇ ਵਿੱਚ ਵਿਧਰੂ 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 ਪੁਆਇੰਟ ਆਪਣੀ ਟੀਮ ਦੇ ਇਸੇ ਜੋੜਦਾ ਹੋਇਆ। ਗੋਪੀ ਦਾ ਵੀ ਧੰਨਵਾਦ ਅੱਜ ਵਿਸ਼ੇਸ਼ ਤੌਰ ਦੇ ਇਲਾਕੇ ਦੇ ਵਿੱਚ ਟੀਮ ਬਣਾਈ ਆ ਆਪ ਭਾਵੇਂ ਨਹੀਂ ਖੇਡ ਰਿਹਾ ਹਾਲੇ ਮੇਰੇ ਵੀਰੋ ਪ੍ਰੈਕਟਿਸ ਜਾਰੀ ਆ। ਲਓ ਖੇਡ ਮੈਦਾਨ ਦੇ ਵਿੱਚ ਵੇਖੀਏ ਇਸ ਵੇਲੇ ਹੁਸਨਾ ਕਬੱਡੀ ਪਾ ਰਿਹਾ ਪਿੱਛੋਂ ਵਾਲਾ ਸੀਰਾ ਗੁਰਪ੍ਰੀਤ ਸਿੰਘ ਵੀਰ ਸਿੰਘ ਤੇ ਆ ਕਹਿੰਦੇ ਸੀਰਾ 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 ਵਾਹ ਓਏ ਸੋਹਣਿਆ ਪੁਆਇੰਟ ਕਹਿੰਦੇ ਧਾਵੀ ਦਾ ਪੁਆਇੰਟ ਧਾਵੀ ਦਾ ਹੁਸਨਾ ਕਾਲੇ ਕੇ ਦਾ। ਲਓ ਧੌਲੇ ਵਾਲਾ ਜਗਪਾਲ ਕਬੱਡੀ ਪਾਉਣ ਦੇ ਲਈ ਤਿਆਰ ਵਰਤਿਆ ਉੱਧਰ ਕਹਿੰਦੇ ਇੰਦਰਜੀਤ ਸਿੰਘ ਜੀ ਬਰਾੜ ਐਨਬੀਐਸ ਕੰਪਨੀ ਟਰੰਟੋ ਦੇ ਵਿੱਚ ਕਹਿੰਦੇ ਕੋਰ ਸਿੰਘ ਵਾਲਾ ਪਿੰਡ ਹੈ ਜੈਲੇ ਹੁਰਾਂ ਦੇ ਨਾਲ ਗੁੜੀ ਯਾਰੀ ਆ ਤੇ ਨਾਲ ਗਰਲਾਲ ਕਾਬਲ ਹੁਰਾਂ ਦਾ ਪਿੰਡ ਦੇ ਬਰਾੜ ਗੁਰਵਿੰਦਰ ਹੁਰਾਂ ਦਾ ਵੀ ਧੰਨਵਾਦ। ਖੇਡ ਮੈਦਾਨ ਦੇ ਵਿੱਚ ਜਗਪਾਲ ਧੌਲੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸ਼ਹੀਦ ਭਗਤ ਸਿੰਘ ਸਪੋਰਟਸ ਕਬੱਡੀ ਕਲੱਬ ਧੂੜਕੋਟ ਰਣਸੀ
ਸਮੁੱਚੀ ਸਪੋਰਟਸ ਕਲੱਬ ਪੁੱਜੀ ਹੋਈ ਬਹੁਤ ਬਹੁਤ ਧੰਨਵਾਦ ਲਓ ਪੁਆਇੰਟ ਜਗਪਾਲ ਧੌਲੇ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਮਹਿੰਦਾ ਚੜਕ ਵਾਲਾ ਕਬੱਡੀ ਪਾ ਰਿਹਾ ਕਿ ਪੁਲਿਸ ਨਾਲ ਪੰਗਾ ਬਲੈਕ ਦਾ ਧੰਦਾ ਦਾਤੀ ਨੂੰ ਦੰਦਾ ਕੱਢ ਦੇਣਾ ਕੰਡਾ ਘੱਟ ਦੇਣਾ ਝੰਡਾ ਤੇ ਡੁੱਕ ਦੇਣਾ ਡੰਡਾ ਤੇ ਜਣੇ ਖਣੇ ਦੇ ਵੱਸ ਨਹੀਂ ਇਹ ਜਣੇ ਖਣੇ ਦੇ ਵੱਸ ਨਹੀਂ ਇਸ਼ਕ ਕਮਾਉਣਾ ਸਾਂਭ ਕਹਾਉਣਾ ਕੰਨ ਪੜਵਾਉਣਾ ਬੋਲ ਪਗਾਉਣਾ ਗੱਲ ਪਚਾਉਣਾ ਤੇ ਯਾਰੀ ਨਿਭਾਉਣਾ ਇਹ ਵੀ ਜਣੇ ਖਣੇ ਦੇ ਵੱਸ ਨਹੀਂ ਜਣੇ ਖਣੇ ਦੇ ਵੱਸ ਨਹੀਂ ਕਰਨਾ ਖਰਚਾ ਝੱਲਣਾ ਪਰਚਾ ਕਰਾਉਣੀ ਚਰਚਾ ਸਿਰ ਦੀ ਸੱਟ ਕਰਾਉਣੇ ਪੱਟ ਤੇ ਕਿੱਡਣੇ ਵੱਟ ਇਹ ਵੀ ਜਣੇ ਖਣੇ ਦੇ ਵੱਸ ਨਹੀਂ ਇਹ ਵੀ ਜਣੇ ਖਣੇ ਦੇ ਵੱਸ ਨਹੀਂ ਸਿਦਕ ਤੇ ਰਹਿਣਾ ਮੂੰਹ ਤੇ ਕਹਿਣਾ ਦੁੱਖ ਨੂੰ ਸਹਿਣਾ ਜ਼ੁਲਮ ਮਟਾਉਣਾ ਪੱਗ ਵਟਾਉਣਾ ਨਾਮ ਕਮਾਉਣਾ ਇਹ ਵੀ ਜਣੇ ਖਣੇ ਦੇ ਵੱਸ ਨਹੀਂ ਇਹ ਵੀ ਜਣੇ ਖਣੇ ਦੇ ਵੱਸ ਨਹੀਂ ਲਓ ਸਾਹਮਣੇ ਨੌਜਵਾਨ ਗੱਭਰੂ ਬਿੰਦਰੂ 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 ਮੇਰੇ ਵੀਰੋ ਬਿੰਦਰੂ ਦਾ ਕਹਿੰਦੇ ਕੋਰੇ ਚੜਕ ਵਾਲੇ ਦੇ ਨਾਲ ਮੁਕਾਬਲਾ ਹੋ ਚੁੱਕਿਆ ਚੜਕ ਵਾਲਾ ਜੀਤਾ ਵੀ ਸਾਡਾ ਵੀਰ ਪੁੱਜਿਆ ਲਓ ਪੁਆਇੰਟ ਕਹਿੰਦੇ ਨੌਜਵਾਨ ਬਿੰਦਰੂ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਇਧਰ ਕਹਿੰਦੇ ਹੁਸਨਾ ਕਾਲੇ ਕੇ ਵਾਲਾ ਕਬੱਡੀ ਪਾ ਰਿਹਾ ਅੱਜ ਭਾਗੀ ਜਾਂ ਦੀ ਧਰਤੀ ਦੇ ਸਿਰੇ ਸਿਰੇ ਦੇ ਮੈਚ ਹੋ ਰਹੇ ਆ ਸਿਰੇ ਸਿਰੇ ਦੇ ਖਿਡਾਰੀ ਪੁੱਜੇ ਆ ਸਾਰੇ ਦਰਸ਼ਕਾਂ ਦਾ ਸਾਰੇ ਪ੍ਰਮੋਟਰਾਂ ਦਾ ਸਮੁੱਚੇ ਕਬੱਡੀ ਜਗ ਦਾ ਬਹੁਤ ਬਹੁਤ ਧੰਨਵਾਦ ਮੇਰੇ ਮਿੱਤਰੋ ਓ ਬੱਲੇ 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 ਮਾਰ ਦਿਓ ਲੜਕਾਰਾ ਕੇ ਆਈ ਐਮ ਵੈਰੀ ਹੈਪੀ ਹੈਪੀ ਯੂ ਆਰ ਮੋਰ ਗਲੈਡ ਵਾਈ ਆਰ ਪੀਪਲ ਬਰਨਿੰਗ ਸੋ ਮਚ ਵੈਰੀ ਬੈਡ ਵਾਈ ਆਰ ਪੀਪਲ ਬਰਨਿੰਗ ਸੋ ਮਚ ਵੈਰੀ ਬੈਡ ਜਿਹਨੂੰ ਪਾਇਆ ਹੱਥ ਦਿੱਤਾ ਨਹੀਂ ਉਹ ਜਾਣ ਵੀ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਣ ਵੀ ਜਿਹੜੇ ਪਾਣੀਆਂ ਚ ਲਾਉਂਦੇ ਲੋਕ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਆ ਕਿ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ ਲਓ ਜਗਪਾਲ ਧੌਲੇ ਵਾਲਾ ਕਬੱਡੀ ਪਾ ਰਿਹਾ ਲਓ ਦੇਖੋ ਮੁੰਡਾ ਸ਼ੇਖ ਦੌਲਤ ਵਾਲਾ ਵਿੱਕੀ ਕੋਸ਼ਿਸ਼ ਕਰਦਾ ਪਰ ਨੰਬਰ ਜਿਹੜਾ ਲੀਡਰ ਦਿਸੇ ਮਾਂ ਨੈਣਾ ਦੇਵੀ ਕਲੱਬ ਵਾਲੇ ਉਹ ਵੀਰੇ ਰਾਜੂ ਚੱਕੀ ਵਾਲਾ ਬਈ ਆ ਕੇ ਮਾਣ ਸਨਮਾਨ ਲੈ ਜਾਓ ਆਪਦਾ ਵੀਰ ਬਣ ਕੇ ਯਾਰ ਲਓ ਮਿੰਦਾ ਚੜਕ ਵਾਲਾ ਕਬੱਡੀ ਪਾ ਰਿਹਾ ਲਓ ਐਨ ਸਿਰੇ ਦਾ ਮੈਚ ਆ ਪਿੱਛੋਂ ਵਾਲਾ ਓ ਬੱਲੇ 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 ਓ ਬੱਲੇ 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 ਓ ਖੇਡ ਕਬੱਡੀ ਦਾ ਸਵਾਦ ਜੋ ਬੋਲੇ ਸੋ ਨਿਹਾਲ ਸ੍ਰੀ ਅਕਾਲ ਅੱਜ ਤੇ ਕਹਿੰਦੇ ਸਿਰਾ ਹੋ ਗਿਆ ਸਿਰਾ ਭਾਗੀ ਜਾਂਦਾ ਮੇਰੇ ਵੀਰੋ ਕਬੱਡੀ ਕੱਪ ਐਨ ਗੱਲ ਸਿਰੇ ਸਿਰੇ ਲਾ ਦਿੱਤੀ ਆ ਪਿੱਛੋਂ ਵਾਲੇ ਨੇ ਜੇ ਸਵਾਦ ਆਇਆ ਤੇ ਤਾੜੀ ਵੀ ਮਾਰ ਦਿਓ ਮੇਰੇ ਵੀਰੋ ਇਸ ਮੈਚ ਦੇ ਵਿੱਚ ਧੂੜਕੋਟ ਦੀ ਟੀਮ ਜੇਤੂ ਰਹੀ ਹੈ ਲੈ ਵੀ ਵਿੱਕੀ ਜਿਹੜੀ ਚੀਜ਼ ਭਾਲਦਾ ਸੀ ਹੋਈ ਕਿ ਨਹੀਂ ਸਿਰਾ ਸਵਰਨਾ ਬੇਲੀ ਚੂੜ ਚੱਕੀਆ ਪਹੁੰਚ ਗਿਆ ਬੜੀ ਬੜੇ ਗਰਾਊਂਡ ਚ ਆਇਆ ਗਰਾਊਂਡ ਚ ਸਵਰਨਾ ਬੇਲੀ ਚੂੜ ਚੱਕੀਆ ਤੇ ਕਾਕੋ ਕਹਿ ਗਿਆ ਕਾਲੇ ਨੂੰ ਅੱਜ ਨੀ ਛੱਡਣਾ ਕੋਈ ਜਵਾਨਾ ਉਹ ਪਹਿਲੀ ਭੱਜ ਤੁਰਿਆ ਜੀਤੇ ਮੌੜ ਨਾ ਪੰਗਾ ਪਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਸਰਨਾ ਪਹਿਲੀ ਕਬੱਡੀ ਦਾ ਜਗ ਦਾ ਮਹਾਨ ਖਿਡਾਰੀ ਦੁਨੀਆਂ ਦਾ ਸੁਪਰ ਸਟਾਰ ਮੇਰੇ ਵੀਰੋ ਚੂੜ ਬਾਈ ਜੀ ਬੇਨਤੀ ਆ ਬਾਰ ਬਾਰ ਐਂਟਰੀ ਫੀਸ ਵਾਪਸ ਨਹੀਂ ਹੋਣੀ ਨਹੀਂ ਹੋਣੀ ਨਹੀਂ ਹੋਣੀ ਨਹੀਂ ਹੋਣੀ ਨਹੀਂ ਹੋਣੀ ਇਹ ਮਾਣ ਸਨਮਾਨ ਕਰੋ ਮਾਣ ਸਨਮਾਨ ਸਰਦਾਰ ਹਰਪ੍ਰੀਤ ਸਿੰਘ ਜੀ ਉਹਨਾਂ ਦਾ ਮਾਣ ਸਨਮਾਨ ਉਹ ਵੀਰੇ ਮੈਚ ਦਾ ਕੀ ਹੋਇਆ ਮੈਚ ਬੋਲ ਮੈਚ ਦੱਸੋ ਜੀ ਧੂੜਕੋਟ ਜਿੱਤ ਗਈ ਓਕੇ ਵੀਰੇ ਓਕੇ 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 ਘੋਲੀਆਂ ਤੇ ਖਾਰੇ ਦੀ ਟੀਮ ਦੇ ਦਰਮਿਆਨ ਗੋਪੀ ਧੂੜਕੋਟ ਉਹ ਵੀ ਸਟੇਜ ਤੇ ਪੁੱਜਣ ਮਾਣ ਸਨਮਾਨ ਸਪੋਰਟਸ ਕਲੱਬ ਵਾਲੇ ਵੀਰ ਵੇਟ ਕਰ ਰਹੇ ਨੇ ਗੋਪੀ ਧੂੜਕੋਟ ਪ੍ਰਦੀਪ ਤੇ ਗੱਗੂ ਹਿੰਮਤਪੁਰਾ ਵੀਰੇ ਪ੍ਰਦੀਪ ਤੇ ਗੱਗੂ ਹਿੰਮਤਪੁਰਾ ਦਾ ਸਨਮਾਨ ਲੈ ਲੈਣਾ ਪ੍ਰਦੀਪ ਤੇ ਗੱਗੂ ਹਿੰਮਤਪੁਰਾ ਹਾਂਜੀ ਹਾਂਜੀ ਲੈ ਲਓ ਫਿਰ ਸਨਮਾਨ ਸਾਡਾ ਵਿੱਕੀ ਮੱਲੇ ਵਾਲਾ ਤੇ ਤਾਰੀ ਹਿੰਮਤਪੁਰੇ ਵਾਲਾ ਗੱਲ ਕਰਨਗੇ ਪੱਪੂ ਤੇ ਗੱਗੂ ਹਿੰਮਤਪੁਰੇ ਵਾਲਾ ਉਹ ਵੀਰੇ ਸਟੇਜ ਅਕਾਲੀ ਗਾ ਦੋ ਹੱਥ ਬੰਨ ਕੇ ਬੇਨਤੀ ਹੈ ਬਾਈ ਬਣ ਕੇ ਸਾਨੂੰ ਜਮਾ ਨੀ ਪਤਾ ਲੱਗਦਾ ਮੁੜ ਕੇ ਕੋਈ ਜੱਪ ਖੜਾ ਹੋਰ ਹੋ ਜੂ ਬਲਵਿੰਦਰ ਟਵਾਣਾ ਜੀ ਬਹੁਤ ਬਹੁਤ ਧੰਨਵਾਦ ਉਹ ਬਾਈ ਗੁਰਦੁਆਰੇ ਦੀ ਚਾਬੀ ਕਿਹਦੇ ਕੋਲ ਜਾਵੜੇ ਉੱਥੇ ਛੱਡ ਵਾਲੇ ਕਮਰੇ ਦੀ ਚਾਬੀ ਗੁਰਦੁਆਰਾ ਸਾਹਿਬ ਦੀ ਵੀਰ ਬਣ ਕੇ ਯਾਰ ਘੋਲੀਏ ਤੇ ਖਾਰੇ ਦੀ ਟੀਮ ਦੇ ਦਰਮਿਆਨ ਇਸ ਵੇਲੇ ਮੈਚ ਸ਼ੁਰੂ ਹੋਣ ਜਾ ਰਿਹਾ ਚਾਬੀ ਦੇ ਕਹਿੰਦੇ ਸੱਦੀ ਜਾਂਦੇ ਯਾਰ ਉਹ ਮੀਨੀਆਂ ਸੱਦੀਆਂ ਭਾਜਾ ਮੀਨੀਆਂ ਤੇ ਕਲਿਆਣ ਸੁੱਖਾ ਇਹ ਵੀ ਟੀਮ ਜਲਦੀ ਸਟੇਜ ਖਾਲੀ ਕਰ ਦੋ ਹੱਥ ਬੰਨ ਕੇ ਬੇਨਤੀ ਹੈ ਯਾਰ ਕਾਲੀ ਓਏ ਜਦੋਂ ਤੁਸੀਂ ਨਹੀਂ ਪਾਸੇ ਹਾਰਦੇ ਯਾਰ ਕੀ ਕਰੋਗੇ ਮਾੜੂ ਕੇ ਗਿੱਲ ਤੇ ਮੌੜ ਨਾਭਾ ਇਹ ਸਾਰੀਆਂ ਟੀਮਾਂ ਜਲਦੀ ਨਾਲ ਤਿਆਰੀ ਕਰਕੇ ਆ ਜਾਣਗੀ ਹੈ ਲਓ ਮੈਚ ਇਸ ਵੇਲੇ ਸ਼ੁਰੂ ਹੋ ਚੁੱਕਿਆ ਹੈ ਇੱਕ ਪਾਸੇ ਟੀਮ ਘੋਲੀਏ ਦੀ ਹੈ ਦੂਸਰੇ ਪਾਸੇ ਟੀਮ ਖਾਰੇ ਦੀ ਹੈ ਜੇ ਤੁਸੀਂ ਬਾਹਰ ਹੀ ਮਲ ਮਲਾ ਲਿਆ ਕਰੋ ਨਾ
ਤੁਹਾਡਾ ਧੰਨਵਾਦ ਹੈ ਕਿਉਂਕਿ ਹਾਂਜੀ ਵਰਜਾ ਮੀਰੇ ਵਾਲੇ ਰਾਮੂ ਜੀ ਭਾਊ ਜੀ ਦੇ ਨਾਲ ਗਰਾਊਂਡ ਦੇ ਵਿੱਚ ਆ ਕੇ ਸੰਪਰਕ ਕਰ ਲੈਣ ਲਓ ਖੇਡ ਗਰਾਊਂਡ ਦੇ ਵਿੱਚ ਮੇਰੇ ਵੀਰੋ ਕਹਿੰਦੇ ਵੀ ਮੈਚ ਸ਼ੁਰੂ ਹੋਣ ਜਾ ਰਹੇ ਲਓ ਉਧਰ ਕਹਿੰਦੇ ਸਾਡਾ ਭਰਾ ਹਰਪ੍ਰੀਤ ਸਿੰਘ ਬਲਾਕ ਸਮਿਤੀ ਮੈਂਬਰ ਵੀ ਹੈ ਤੇ ਸਾਬਕਾ ਸਰਪੰਚ ਵੀ ਹੈ ਤੇ ਅੱਜ ਵਿਸ਼ੇਸ਼ ਸਨਮਾਨ ਖੇਡ ਕਬੱਡੀ ਦੇ ਮੈਦਾਨ ਵਿੱਚ ਕਲੱਬ ਵੱਲੋਂ ਹੋਣ ਜਾ ਰਿਹਾ ਤੇ ਪਿੰਡ ਦੇ ਨੰਬਰਦਾਰ ਵੀ ਹੈ ਬਹੁਤ ਵੱਡਾ ਸਨਮਾਨ ਨਵੀਂ ਕਬੱਡੀ ਨੂੰ ਥੋੜਾ ਰੋਕ ਲੈਂਦਾ ਤਾਂ ਵਧੀਆ ਗੱਲ ਲਾ ਉਧਰ ਦੇਖਦੇ ਵੀ ਬਲਾਕ ਸਮਿਤੀ ਦੇ ਮੈਂਬਰ ਹਰਪ੍ਰੀਤ ਸਿੰਘ ਜੀ ਜਿੱਥੇ ਪਿੰਡ ਦੇ ਸਾਬਕਾ ਸਰਪੰਚ ਵੀ ਹੈ ਬੋਲੇ ਸੋ ਨਿਹਾਲ ਇਹ ਐਵੇਂ ਨਹੀਂ ਸਨਮਾਨ ਹੁੰਦੇ ਕਿਉਂਕਿ ਕਬੱਡੀ ਨੂੰ ਸਤਿਕਾਰ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਹਰਪ੍ਰੀਤ ਸਿੰਘ ਜੀ ਸਾਬਕਾ ਸਰਪੰਚ ਮੈਂਬਰ ਬਲਾਕ ਸਮਿਤੀ ਨਿਹਾਲ ਸਿੰਘ ਵਾਲਾ ਸਨਮਾਨ ਸਮੁੱਚੇ ਕਲੱਬ ਵੱਲੋਂ ਉਧਰ ਕਹਿੰਦੇ ਭੁਪਿੰਦਰ ਸਿੰਘ ਜੀ ਰਾਉਕੇ ਉਹ ਵੀ ਸਾਡੇ ਦਰਮਿਆਨ ਪੁੱਜੇ ਹੋਏ ਲੋਪੋਲਾ ਮੰਦੋ ਵੀਰੇ ਸਟੇਜ ਦੇ ਕੋਲ ਆਦੇ ਰਾਂਝੇ ਨੂੰ ਉਧਰ ਕਹਿੰਦੇ ਕਬੱਡੀ ਉੱਪਰ ਦਾ ਪਹਿਲਾ ਤੇ ਦੂਸਰਾ ਪ੍ਰਾਈਜ਼ ਵੀ ਹਰਪ੍ਰੀਤ ਦੇ ਸਪੁੱਤਰਾਂ ਵੱਲੋਂ ਦਿੱਤਾ ਜਾਣ ਇਹ ਵੱਡੀ ਗੱਲ ਹੈ ਕਿਉਂਕਿ ਵੱਡੀ ਮੰਗ ਰਹਿੰਦੀ ਹੈ ਪਿਆਰ ਕਰਦੇ ਆ ਕਬੱਡੀ ਨੂੰ ਲੋ ਉਧਰ ਕਹਿੰਦੇ 2018 ਦੇ ਟੂਰਨਾਮੈਂਟ ਦਾ ਵੀ ਸਰਦਾਰ ਹਰਪ੍ਰੀਤ ਸਿੰਘ ਜੀ ਪ੍ਰਾਈਜ਼ ਦੇਣਗੇ ਵੱਡਾ ਧੰਨਵਾਦ ਹੈ ਸਰਦਾਰ